ਵੀ ਲੱਖੇ ਜੇ ਤੂੰ ਆਪਦੀ ਸਕੀ ਮਾਂ ਦਾ ਜੰਮਿਆ, ਤੂੰ ਆਪਦੇ ਗੰਨਮੈਨ ਛੱਡ ਕੇ ਸਮਾਜ 'ਚ ਤੁਰ, ਜਿਵੇਂ ਮਨਿੰਦਰ ਜੀ ਸਿੱਧੂ ਆਪਦੇ ਏਰੀਏ 'ਚ ਤੁਰਦਾ, ਜਿਹੜਾ ਤੂੰ ਗੱਡੀਆਂ ਲੈ ਲਿਆ ਕੇ ਤੁਰਦਾ ਨਾ 30-40 ਭੇਡਾਂ ਇਕੱਠੀਆਂ ਕਰਕੇ, ਉਹਨਾਂ ਦਾ ਰੋਟੀ ਦਾ ਖਰਚਾ ਕਿੱਥੋਂ ਚੱਲਦਾ? ਉਹ ਜੇ ਇੱਥੇ ਫਰੀਦਕੋਟ ਕੋਲੇ ਮੁੰਡਾ ਡੁੱਬ ਕੇ ਮਰਿਆ ਸੀ, ਸੀ ਐਸ ਸਟਾਫ ਦੇ ਵਿੱਚੋਂ ਗੁੱਸੇ ਹੋ ਕੇ ਤੂੰ ਉਸ ਕੇਸ 'ਚ ਦਲਾਲੀ ਖਾਧੀ, ਆਹ ਡੋਰ ਪਿੰਡ ਦੇ ਮੁੰਡੇ ਤੋਂ ਤੂੰ ਦਲਾਲੀਆਂ ਮੰਗਦਾ ਰਿਹਾ, 200 ਰੁਪਏ ਮੰਗਦਾ ਰਿਹਾ। ਜੇ ਜਮਹੂਰੀਅਤ ਦੀ ਕੋਈ ਹੱਤਿਆ ਕਰੂਗਾ ਉਹਨੂੰ ਧਮਕਾਊਗਾ, ਜੇ ਜਮਹੂਰੀਅਤ ਦੀ ਆਵਾਜ਼ ਬੰਦ ਕਰੂਗਾ, ਜੇ ਉਹਦਾ ਕੋਈ ਗਲਾ ਘੋਟੂਗਾ ਤੇ ਫਿਰ ਬਈ ਲੋਕ ਖੜੇ ਹੋਣਗੇ। ਕੁੱਤੇ ਦੀ ਪੂਛ ਜਿੰਨਾ ਚਿਰ ਮਰਜ਼ੀ ਪੈਪ 'ਚ ਪਾਈ ਰੱਖੋ, ਉਹ ਵਿੰਗੀ ਦੇ ਵਿੰਗੀ ਰਹਿੰਦੀ ਹੈ। ਜੇ ਉਹ ਕਵੇ ਕਿ ਮੈਂ ਪਹਿਲਾਂ ਗੈਂਗਸਟਰ ਰਿਹਾ ਹੁਣ ਸਮਾਜ ਸੇਵੀ ਬਣਿਆ ਤੇ ਕਿਸੇ ਪੱਤਰਕਾਰ ਨੂੰ ਡਰਾ ਦਊਗਾ, ਇਸ ਤਰ੍ਹਾਂ ਕੋਈ ਪੱਤਰਕਾਰ ਡਰਨ ਵਾਲਾ ਨਹੀਂ ਹੈ। ਇਹ ਲੱਕਾ ਸਦਾਣਾ ਸਮਝਦਾ ਵੀ ਚਾਰ ਮੁੱਲ ਭਾਰੇ ਦੇ ਟੱਟੂ ਟੁੱਕੜ ਬੋਚ 20 ਬੰਦਿਆਂ ਦਾ ਗਰੁੱਪ ਬਣਾ ਕੇ ਕਿਸੇ ਵੀ ਬੰਦੇ ਨੂੰ, ਕਿਸੇ ਪੱਤਰਕਾਰ ਨੂੰ, ਕਿਸੇ ਵਪਾਰੀ ਨੂੰ, ਕਿਸੇ ਸਮਾਜ ਸੇਵੀ ਨੂੰ, ਕਿਸੇ ਗਰੀਬ ਮਜ਼ਦੂਰ ਕਿਸਾਨ ਨੂੰ ਦਬਾ ਲਓ। ਲੋਕਾਂ ਨੂੰ ਧਮਕਾਂ ਦਵਾ ਕੇ ਮੋਟੀਆਂ ਫਰੌਤੀਆਂ ਦਿੰਦਾ ਹੁੰਦਾ ਸੀ, ਹੁਣ ਇਹਨੇ ਉਸੇ ਤੇ ਫੇਰ ਉਤਰਿਆ ਨਾ। ਅਸੀਂ ਆਤਰਾ ਮਾਲਾ ਮੋਦੀ ਨੂੰ ਬੋਲੇ, ਆਤਰਾ ਮਾਲਾ ਇੱਥੋਂ ਦੇ ਭਗਵੰਤ ਮਾਨ ਨੂੰ ਬੋਲੇ ਤੇ ਫੇਰ ਤਾਂ ਉਹ ਸਾਡੇ ਪੱਤਰਕਾਰਾਂ ਦੇ ਭਾਈਚਾਰੇ ਦੇ ਮੂੰਹ ਹੀ ਬੰਦ ਕਰਾ ਦਿੰਦਾ। ਇਹ ਧਮਕੀਆਂ ਧੁਮਕੀਆਂ ਆਪਦੇ ਘਰ ਤੱਕ ਸੀਮਿਤ ਰੱਖ, ਜੇ ਸਾਡੇ ਕਿਸੇ ਪੱਤਰਕਾਰ ਭਰਾ ਨੂੰ ਇਸ ਤਰ੍ਹਾਂ ਦੀ ਤੇਰੀ ਧਮਕੀ ਆਈ ਆ ਤੇ ਜਾ ਦੇਗਾ ਤੇ ਇਹਦਾ ਹਸ਼ਰਾ ਜਿਹੜਾ, ਇਹਦਾ ਨਕਸ਼ਾ ਜਿਹੜਾ, ਉਹ ਬਹੁਤ ਭੈੜਾ ਤੇ ਅੰਜਾਮ ਲੈ ਕੇ ਆਊਗਾ। ਤੁਹਾਨੂੰ ਕਹਿੰਦੇ ਆ ਆਪਣੀ ਵੋਟ ਦੇਵੋ, ਅਸੀਂ ਪਾਰਲੀਮੈਂਟ ਤੇ ਜਾ ਕੇ ਤੁਹਾਡੀ ਆਵਾਜ਼ ਉਠਾਵਾਂਗੇ। ਇਹ ਭਰਾਵੋ ਇਸ ਤਰੀਕੇ ਦੀਆਂ ਆਵਾਜ਼ਾਂ ਉਠਾਉਣਗੇ ਜਿਹੜੇ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਸਾਡੇ ਪੱਤਰਕਾਰ ਵੀਰ ਆ, ਉਹਨਾਂ ਨੂੰ ਇਸ ਤਰ੍ਹਾਂ ਧਮਕੀਆਂ ਦਿੱਤੀਆਂ ਜਾਂਦੀਆਂ। ਭਰਾਵੋ ਜਦੋਂ ਇਹ ਲੋਕ ਜਾਗਰੂਕ ਹੋਣ, ਜਦੋਂ ਇਹ ਜਾਗਦੇ ਆ, ਇਹ ਕਿਸੇ ਲੱਖੇ ਸਿਧਾਣੇ ਨਹੀਂ ਚੱਲਣ ਨਹੀਂ ਦਿੰਦੇ। ਗੰਦ ਰਹਿੰਦੀ ਹੈ ਤੇ ਗੰਦੀ ਹੀ ਰਹਿਣੀ ਆ। ਇਹ ਲੱਖਾ ਸਦਾਣਾ ਸਮਝਦਾ ਵੀ ਚਾਰ ਮੁੱਲ ਭਾਰੇ ਦੇ ਟੱਟੂ ਟੁੱਕੜ ਬੋਚ 20 ਬੰਦਿਆਂ ਦਾ ਗਰੁੱਪ ਬਣਾ ਕੇ ਕਿਸੇ ਵੀ ਬੰਦੇ ਨੂੰ, ਕਿਸੇ ਪੱਤਰਕਾਰ ਨੂੰ, ਕਿਸੇ ਵਪਾਰੀ ਨੂੰ, ਕਿਸੇ ਸਮਾਜ ਸੇਵੀ ਨੂੰ, ਕਿਸੇ ਗਰੀਬ ਮਜ਼ਦੂਰ ਕਿਸਾਨ ਨੂੰ ਦਬਾ ਲਓ, ਕਿਉਂਕਿ ਇਹਨੇ ਸੋਚਿਆ ਵੀ 10-20 ਭੇਡਾਂ ਮੇਰੇ ਮਗਰ ਆ ਤੇ ਉਹਨਾਂ ਭੇਡਾਂ ਦੇ ਮਾਂ ਬਾਪ ਨੂੰ ਕੋਈ ਫਿਕਰ ਨਹੀਂ, ਉਹਨਾਂ ਨੂੰ ਇਹ ਆ ਵੀ ਰੋਟੀ ਖਾ ਛੱਡਦੇ ਤੁਰੇ ਫਿਰਦੇ ਭੌਂਕਦੇ ਕੁੱਤਿਆਂ ਨੂੰ। ਇਹ ਲੱਖੇ ਸਿਧਾਣੇ ਨੂੰ ਕਹਿਣੇ ਆ ਵੀ ਲੱਖੇ ਜੇ ਤੂੰ ਆਪਦੀ ਸਕੀ ਮਾਂ ਦਾ ਜੰਮਿਆ ਤਾਂ ਤੂੰ ਇਸ ਤਰ੍ਹਾਂ ਕਰ, ਤੂੰ ਆਪਦੇ ਗੰਨਮੈਨ ਛੱਡ ਕੇ ਸਮਾਜ 'ਚ ਤੁਰ, ਜਿਵੇਂ ਮਨਿੰਦਰ ਜੀਤ ਸਿੱਧੂ ਆਪਦੇ ਏਰੀਏ 'ਚ ਤੁਰਦਾ, ਨਿਧੜਕ ਹੋ ਕੇ ਤੁਰਦਾ, ਕਿਉਂਕਿ ਮਨਿੰਦਰਜੀਤ ਸਿੱਧੂ ਨੇ ਕਿਸੇ ਦਾ ਕਦੇ ਹਰਾਮ ਦਾ ਪਾਣੀ ਵੀ ਨਹੀਂ ਪੀਤਾ। ਜੇ ਪੀਤਾ ਹੋਵੇ ਤਾਂ ਅਸੀਂ ਸਾਰੀ ਮੰਡੀ, ਸਾਰਾ ਸ਼ਹਿਰ ਉਹਦਾ ਦੇਣਦਾਰ ਹਾਂ, ਉਸ ਗੱਲ ਦਾ ਅਸੀਂ ਉਹਦੀ ਹਰਜ਼ਾਨਾ ਭਰਨ ਨੂੰ ਤਿਆਰ ਹਾਂ। ਤੂੰ ਮਨਿੰਦਰਜੀਤ ਸਿੱਧੂ ਨੂੰ ਧਮਕੀਆਂ ਦਿੰਦਾ, ਤੂੰ ਤੇਰਾ ਸਭ ਨੂੰ ਪਤਾ ਤੂੰ ਕਿਹੜੇ ਕਿਹੜੇ ਕੰਮਾਂ 'ਚ ਦਲਾਲੀਆਂ ਖਾਨਾ। ਉਹ ਜੇ ਇੱਥੇ ਫਰੀਦਕੋਟ ਕੋਲੇ ਮੁੰਡਾ ਡੁੱਬ ਕੇ ਮਰਿਆ ਸੀ, ਸੀ ਐਸ ਸਟਾਫ ਦੇ ਵਿੱਚੋਂ ਗੁੱਸੇ ਹੋ ਕੇ ਤੂੰ ਉਸ ਕੇਸ 'ਚੋਂ ਦਲਾਲੀ ਖਾਧੀ, ਆਹ ਡੋਰ ਪਿੰਡ ਦੇ ਮੁੰਡੇ ਤੋਂ ਤੂੰ ਦਲਾਲੀਆਂ ਮੰਗਦਾ ਰਿਹਾ, 200 ਰੁਪਏ ਮੰਗਦਾ ਰਿਹਾ, ਤੇਰੇ 20 ਕਤੀੜਾਂ ਦਾ ਕੰਮ ਕਿੱਥੋਂ ਚੱਲਦਾ? ਜਿਹੜੇ ਤੂੰ ਗੱਡੀਆਂ ਲੈ ਲਿਆ ਕੇ ਤੁਰਦਾ ਨਾ 30-40 ਭੇਡਾਂ ਇਕੱਠੀਆਂ ਕਰਕੇ, ਉਹਨਾਂ ਦਾ ਰੋਟੀ ਦਾ ਖਰਚਾ ਕਿੱਥੋਂ ਚੱਲਦਾ? ਇੱਕ ਕਬੀਲਦਾਰ ਵਪਾਰੀ ਕਿਸਾਨ ਮਜ਼ਦੂਰ ਆਪਦਾ ਘਰ ਮਸਾ ਚਲਾਉਂਦੇ ਆ, ਤੂੰ ਮਹਿੰਗੀਆਂ ਗੱਡੀਆਂ 'ਚ ਮਹਿੰਗੇ ਗੁੰਡੇ ਲੈ ਕੇ ਕਿੱਥੋਂ ਚੱਲਦਾ? ਰਹਿੰਦਾ ਹੁੰਦਾ ਸਰਕਾਰ ਨੇ ਬੇੜਾ ਵਾਹਤਾ ਸਾਡੇ ਸਮਾਜ ਦਾ, ਜਿਹੜਾ ਤੇਰੇ ਅੱਗੇ ਗੁੰਡਿਆਂ ਨੂੰ ਗੰਨਮੈਨ 'ਤੇ ਰੱਖੇ ਆ, ਇਹ ਨਾ ਮਨ 'ਚ ਵਹਿਮ ਨਹੀਂ ਪਾਲੀ ਦਾ ਹੁੰਦਾ। ਹਾਂ ਮੈਂ ਤੈਨੂੰ ਫਿਰ ਕਹਿਣਾ ਵੀ ਜੇ ਤੂੰ ਅਸਲ ਪਿਓ ਦੀ ਲਾਜ ਆ ਤੇ ਮਾਂ ਦਾ ਦੁੱਧ ਪੀਤਾ ਤਾਂ ਛੱਡ ਗੰਨਮੈਨ ਆਈ ਤੁਰ ਬਾਜ਼ਾਰ 'ਚ ਇਕੱਲਾ, ਜਿਵੇਂ ਮਨਿੰਦਰ ਤੁਰਦਾ ਜਾਂ ਹੋਰ ਸਾਡੇ ਪੱਤਰਕਾਰ ਕਿਸਾਨ ਮਜ਼ਦੂਰ ਆਗੂ ਤੁਰਦੇ ਆ ਨਾ ਬਾਜ਼ਾਰ ਦੇ ਵਿੱਚ, ਇੱਕ ਵੀ ਕਿਸਾਨ ਆਗੂ ਕੋਲੇ ਗੰਨਮੈਨ ਦਿਖਾ ਦੇ, ਤੇਰੇ ਗੰਨਮੈਨ ਬੰਦਾ ਨਾ ਜਿਹੜਾ ਤੂੰ ਗੰਨਮੈਨ ਲੈ ਕੇ ਤੂੰ ਡਰਾਉਣਾ, ਤੈਨੂੰ ਪਤਾ ਵੀ ਮੈਂ ਕਿਸੇ ਦੇ ਗਲ ਪੈ ਜਾਂ 20 ਕਤੀੜਾ ਮਗਰ ਲੈ ਕੇ ਤਾਂ ਪੈ ਜੂ, ਮੇਰੇ ਹੱਥ ਗਲ ਪੈਣਗੇ, ਮੇਰੇ ਨਾਲ ਸਰਕਾਰੀ ਸਿਕਿਉਰਟੀ ਹੈਗੀ ਆ। ਇਹ ਗੱਲਾਂ ਚੰਗੀਆਂ ਨਹੀਂ। ਲੱਖਾ ਸੁਦਾਣਾ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਆਵਾਜ਼ ਚੱਕਦੀ ਹੈ।
ਲੋਕਾਂ ਦੇ ਪੱਖੀ ਪੱਤਰਕਾਰ ਮਨਿੰਦਰਜੀਤ ਸਿੱਧੂ ਜਿਹੜੇ ਲਗਾਤਾਰ ਕੁਛ ਸਾਲਾਂ ਤੋਂ ਕਿਸਾਨੀ ਅੰਦੋਲਨ ਤੋਂ ਲੈ ਕੇ ਜਿਹੜੇ ਲਗਾਤਾਰ ਆਵਾਜ਼ ਚੱਕਦੇ ਆਏ ਆ ਲੋਕਾਂ ਪੱਖੀ, ਕਈ ਵਾਰ ਸਰਕਾਰਾਂ ਨੇ ਉਹਨਾਂ ਦਾ ਚੈਨਲ ਬੰਦ ਕੀਤਾ ਤੇ ਫਿਰ ਵੀ ਇੱਕ ਆਮ ਪਰਿਵਾਰ ਦੇ ਵਿੱਚੋਂ ਸਰਕਾਰਾਂ ਨਾਲ ਮੱਥਾ ਲਾਇਆ ਤੇ ਨਿਡਰਤਾ ਦੇ ਨਾਲ ਲੋਕਾਂ ਦੀ ਆਵਾਜ਼ ਚੱਕੀ। ਪੱਤਰਕਾਰਾਂ ਭਾਈਚਾਰਾ ਤੇ ਭਰਾਵੋ, ਚੌਥਾ ਥੰਮ ਹੈ ਲੋਕਤੰਤਰ ਦਾ। ਜਿੱਥੇ ਜਿੱਥੇ ਜਮਹੂਰੀਅਤ ਦੀ ਹੱਤਿਆ ਹੁੰਦੀ ਹੈ, ਲੋਕਤੰਤਰ ਦਾ ਕਾਣ ਹੁੰਦਾ ਹੈ, ਉੱਥੇ ਭਰਾਵੋ ਸਾਡਾ ਫਰਜ਼ ਹੈ ਆਵਾਜ਼ ਚੱਕਣ ਦਾ। ਅਸੀਂ ਇੰਨਾ ਹੀ ਕਹਾਂਗੇ, ਜੋ ਸਾਡੇ ਭਰਾ ਮਨਿੰਦਰਜੀਤ ਸਿੱਧੂ ਨੂੰ ਇਸ ਧਮਕੀ ਦਿੱਤੀ ਗਈ ਹੈ ਤੇ ਭਰਾਵੋ ਇਹਦੀ ਸ਼ਬਦ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿਖੇਧੀ ਕਰਦੇ ਹਾਂ ਭਾਰਤੀ ਕਿਸਾਨ ਜਨ ਏਕਤਾ ਗਰਾਹਾਂ ਵੱਲੋਂ, ਕਿਉਂਕਿ ਜਮਹੂਰੀਅਤ ਦਾ ਜੇ ਗਲਾ ਕੁੱਟਾਂਗੇ, ਸਰਕਾਰਾਂ ਤਾਂ ਪਹਿਲਾਂ ਹੀ ਗਲਾ ਕੁੱਟ ਕੇ ਜਾਂਦੀਆਂ ਨੇ। ਸਾਡੇ ਵੀਰ ਨੂੰ ਕਹਾਂਗੇ, ਠੀਕ ਹੈ ਇਹਨਾਂ ਦਾ ਕੰਮ ਹੈ ਇੱਥੇ ਆਵਾਜ਼ ਚੱਕਣੀ। ਪਿਛਲੇ ਦਿਨਾਂ ਦੇ ਵਿੱਚ ਮਨਿੰਦਰਜੀਤ ਸਿੱਧੂ ਨੇ ਜਦੋਂ ਦਰਖਤਾਂ ਦਾ ਕਾਣ ਹੋ ਰਿਹਾ ਸੀ, ਉਦੋਂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਆਪਦੇ ਚੈਨਲ ਰਾਹੀਂ ਵੀ ਭਰਾਵੋ ਦਰਖਤਾਂ ਦਾ ਕਾਣ ਹੋ ਰਿਹਾ, ਕਿਸਾਨ ਜਥੇਬੰਦੀਆਂ ਆ ਕੇ ਖੜਨ, ਇਹ ਕਿਸਾਨ ਦਰਖਤਾਂ ਨੂੰ ਅੱਗ ਲਾ ਰਹੇ ਹੈ। ਪਰ ਸਾਨੂੰ ਪਤਾ ਸੀ ਸਾਡਾ ਵੀਰ ਆਵਾਜ਼ ਚੱਕ ਰਿਹਾ ਸੱਚ ਦੀ, ਅਸੀਂ ਕਿਤੇ ਗਿਲਾ ਨਹੀਂ ਕੀਤਾ, ਕਿਉਂਕਿ ਇਹ ਨਹੀਂ ਪੱਤਰਕਾਰ ਛੱਡ ਗਏ ਆਵਾਜ਼ਾਂ ਚੱਕਣ, ਛੱਡ ਗਏ ਖਬਰਾਂ ਲਾਉਣ। ਅਸੀਂ ਆਦੇ ਹਾਂ ਜਿੱਥੇ ਜਿੱਥੇ ਗਲਤ ਹੈ, ਜਿੱਥੇ ਜਿੱਥੇ ਲੋਕਤੰਤਰ ਦਾ ਕਾਣ ਹੋ ਰਿਹਾ, ਇਹਨਾਂ ਦਾ ਫਰਜ਼ ਹੈ ਆਵਾਜ਼ ਚੱਕਣਾ। ਤੇ ਜੇ ਅਸੀਂ ਅੱਜ ਇਹਨਾਂ ਦਾ ਗਲਾ ਕੁੱਟਾਂਗੇ, ਇਹਨਾਂ ਨੂੰ ਧਮਕੀਆਂ ਦੇਵਾਂਗੇ ਤੇ ਭਰਾਵੋ ਫਿਰ ਜਮਹੂਰੀਅਤ ਦੀ ਹੱਤਿਆ ਹੋਊਗੀ। ਤੇ ਅਸੀਂ ਇਹ ਚੀਜ਼ ਦੀ ਨਿਖੇਧੀ ਕਰਦੇ ਹਾਂ ਤੇ ਮਨਿੰਦਰਜੀਤ ਸਿੱਧੂ ਜੋ ਲੋਕ ਪੱਖੀ ਪੱਤਰਕਾਰ ਹੈ, ਲੋਕਾਂ ਦੀ ਅੱਜ ਤੱਕ ਇਮਾਨਦਾਰੀ ਨਾਲ ਆਵਾਜ਼ ਚੱਕਦਾ ਹੈ, ਤੇ ਅਸੀਂ ਭਰਾਵੋ ਇਹਦੇ ਨਾਲ ਹਮਦਰਦੀ ਰੱਖਦੇ ਹਾਂ ਤੇ ਅੱਜ ਨਾਲ ਖੜੇ ਹੈ। ਤੇ ਅਸੀਂ ਉਹ ਲੋਕਾਂ ਨੂੰ ਆਖਦੇ ਹਾਂ ਵੀ ਜ਼ਿੰਮੇਵਾਰ ਹੋ, ਪੰਜਾਬ ਦੇ ਵਿੱਚ ਲੱਗੇ ਹੋਏ ਹੋ, ਜਿਹੜਾ ਵੀ ਪੰਜਾਬ ਪੱਖੀ ਲੜਦਾ ਸਰਕਾਰਾਂ ਦੇ ਖਿਲਾਫ ਲੜਦਾ, ਤੇ ਅਸੀਂ ਉਹਦੀ ਹਮੇਸ਼ਾ ਆਵਾਜ਼ ਚੁੱਕੀ ਹੈ, ਸਾਡਾ ਪਰਸਨਲੀ ਕਿਸੇ ਨਾਲ ਵਿਰੋਧ ਲਈ। ਪਰ ਅੱਜ ਜੇ ਜਮਹੂਰੀਅਤ ਦੀ ਕੋਈ ਹੱਤਿਆ ਕਰੂਗਾ ਉਹਨੂੰ ਧਮਕਾਊਗਾ, ਜੇ ਜਮਹੂਰੀਅਤ ਦੀ ਆਵਾਜ਼ ਬੰਦ ਕਰੂਗਾ, ਜੇ ਉਹਦਾ ਕੋਈ ਗਲਾ ਘੋਟੂਗਾ ਤੇ ਫਿਰ ਬਈ ਲੋਕ ਖੜੇ ਹੋਣਗੇ। ਤੇ ਇਸ ਤਰ੍ਹਾਂ ਦੀਆਂ ਅਸਾਂ ਨਹੀਂ ਲਾਉਂਦੇ ਵੀ ਜਮਹੂਰੀਅਤ ਦਾ ਕਹਾਣ ਹੋਵੇ ਤੇ ਜੇ ਪੱਤਰਕਾਰਾਂ ਭਾਈਚਾਰ ਦਾ ਤੇ ਲੋਕਾਂ ਦਾ 9 ਮਾਸ ਦਾ ਰਿਸ਼ਤਾ ਹੈ, ਤੇ ਜੇ ਇਹਨਾਂ ਦਾ ਗਲਾ ਘੁੱਟ ਕੇ ਇਹਨਾਂ ਦੀਆਂ ਆਵਾਜ਼ਾਂ ਬੰਦ ਕਰਤੀਆਂ ਤੇ ਤੁਹਾਡੀ ਚੁਰਤ ਨਹੀਂ ਕਰਨੀ ਕਿਸੇ ਨੇ ਆਵਾਜ਼ ਚੱਕਣ ਵਾਸਤੇ। ਸਾਥੀਓ ਇਹ ਗੱਲ ਨੋਟ ਕਰ ਲਿਓ, ਘਰ ਘਰ ਜਾ ਕੇ, ਸੱਥਾਂ 'ਚ ਜਾ ਕੇ, ਗਲੀਆਂ 'ਚ ਜਾ ਕੇ, ਪਿੰਡਾਂ 'ਚ ਜਾ ਕੇ, ਧਰਨਿਆਂ 'ਚ ਜਾ ਕੇ ਤੁਹਾਡੀਆਂ ਆਵਾਜ਼ਾਂ ਸਰਕਾਰਾਂ ਤੱਕ ਪਹੁੰਚਾਉਂਦੇ ਹੈ। ਤੇ ਜੇ ਅੱਜ ਇਹਨਾਂ ਨਾਲ ਧੱਕਾ ਹੁੰਦਾ, ਧਮਕੀਆਂ ਆਉਂਦੀਆਂ ਤੇ ਇਹੋ ਜਿਹੇ ਹਾਲਾਤ ਬਣਦੇ ਹੈ, ਤੇ ਸਾਡਾ ਫਰਜ਼ ਬਣਦਾ ਦੁੱਖ ਦੀ ਘੜੀ ਦੇ ਵਿੱਚ ਆ ਕੇ ਇਹ ਸਾਡੇ ਵੀਰ ਦੇ ਨਾਲ ਖੜਨ ਦਾ। ਤੇ ਇਹੀ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਅਸੀਂ ਜਮਹੂਰੀਅਤ ਦਾ ਜਿੱਥੇ ਜਿੱਥੇ ਹੱਤਿਆ ਹੁੰਦੀ ਹੈ, ਜਿੱਥੇ ਜਿੱਥੇ ਆਵਾਜ਼ ਦੱਬੀ ਜਾਂਦੀ ਹੈ, ਉੱਥੇ ਭਰਾਵੋ ਅਸੀਂ ਹਮੇਸ਼ਾ ਨਾਲ ਖੜਦੇ ਹਾਂ। ਤੇ ਅੱਜ ਇੱਥੇ ਅਸੀਂ ਹਾਜ਼ਰੀ ਲਵਾਉਂਦੇ ਹੋਏ ਮਨਿੰਦਰਜੀਤ ਸਿੱਧੂ ਦੇ ਹੱਕ ਦੇ ਵਿੱਚ ਆ ਕੇ ਖੜੇ ਹੈ ਵੀ ਭਾਈ ਅੱਗੇ ਤੋਂ
ਐਸੀ ਆਵਾਜ਼ ਨਾ ਕੋਈ ਦੇਵੇ ਤੇ ਨਾ ਕੋਈ ਚੱਕੇ, ਕਿਉਂਕਿ ਪੱਤਰਕਾਰ ਤੇ ਸਾਡੇ ਲੋਕਾਂ ਦਾ ਨੌ ਮਾਸ ਦਾ ਰਿਸ਼ਤਾ ਹੈ। ਤੇ ਇਸੇ ਤਰ੍ਹਾਂ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਹੈ, ਜਿਹੜੇ ਸਾਡੇ ਆਗੂ ਸਾਹਿਬਾਨ ਇਸ ਇੱਥੇ ਹਾਜ਼ਰੀ ਲਵਾਈ ਹੈ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੈਂਗਸਟਰ ਤਾਂ ਸਮਾਜ ਸੇਵੀ ਬਣੇ ਲੱਖਾਂ ਸੁਧਾਣਾ, ਕਹਿੰਦੇ ਆ ਕਿ ਕੁੱਤੇ ਦੀ ਪੂਛ ਜਿੰਨਾ ਚਿਰ ਮਰਜ਼ੀ ਪੈਪ 'ਚ ਪਾਈ ਰੱਖੋ ਉਹ ਵਿੰਗੀ ਦੇ ਵਿੰਗੀ ਰਹਿੰਦੀ ਹੈ। ਜੇ ਉਹ ਕਵੇ ਕਿ ਮੈਂ ਪਹਿਲਾਂ ਗੈਂਗਸਟਰ ਰਿਹਾ ਹੁਣ ਸਮਾਜ ਸੇਵੀ ਬਣਿਆ ਤੇ ਕਿਸੇ ਪੱਤਰਕਾਰ ਨੂੰ ਡਰਾ ਦਊਂਗਾ, ਇਸ ਤਰ੍ਹਾਂ ਕੋਈ ਪੱਤਰਕਾਰ ਡਰਨ ਵਾਲਾ ਨਹੀਂ ਹੈ। ਮੈਂ ਸ਼ਹੀਦ ਊਧਮ ਸਿੰਘ ਜ਼ਿਲ੍ਹਾ ਫਰੀਦਕੋਟ ਪ੍ਰੈਸ ਕਲੱਬ ਦਾ ਜ਼ਿਲ੍ਹਾ ਪ੍ਰਧਾਨ ਹੈ ਔਰ ਮਨਜਿੰਦਰਜੀਤ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਹੈ ਸਾਡੇ ਕਲੱਬ ਦੇ। ਅਵਤਾਰ ਤਾਰਾ ਜੀ ਇਸ ਕਲੱਬ ਦੇ ਵਾਈਸ ਪ੍ਰਧਾਨ ਹੈ। ਤਾਂ ਇਸ ਨੂੰ ਲੈ ਕੇ ਅੱਜ ਪੂਰੀ ਜਥੇਬੰਦੀ ਸਾਡੀ ਪੱਤਰਕਾਰਾਂ ਦੀ ਇਹਨਾਂ ਦੇ ਨਾਲ ਖੜੀ ਹੈ ਅਤੇ ਇਹੋ ਜਿਹੇ ਪੁਰਾਣੇ ਗੈਂਗਸਟਰ ਅਤੇ ਹੁਣ ਦੇ ਬਣੇ ਸਮਾਜ ਸੇਵੀ ਤੋਂ ਅਸੀਂ ਡਰਨ ਵਾਲੇ ਨਹੀਂ ਹੈ। ਉਹ ਚਾਹੇ ਕੋਈ ਪੁਰਾਣਾ ਗੈਂਗਸਟਰ ਹੋਵੇ ਅਤੇ ਚਾਹੇ ਕੋਈ ਸਮਾਜ ਸੇਵੀ ਹੋਵੇ ਅਤੇ ਚਾਹੇ ਕੋਈ ਪੁਲਿਸ ਅਫਸਰ ਹੋਵੇ, ਜੇ ਉਹ ਆਵੇ ਸੋਚੇ ਕਿ ਪੱਤਰਕਾਰ ਸਾਡੇ ਕਹਿਣੇ ਚੱਲੂਗਾ, ਸਾਡੇ ਡਰ ਤੋਂ ਖਬਰਾਂ ਤੋੜ ਮਰੋੜ ਕੇ ਲਾਊਗਾ, ਅਤੇ ਇਹੋ ਜਿਹਾ ਨਹੀਂ ਹੋਊਗਾ। ਇਹ ਬਰਖਿਲਾਫੀ ਉਹਨਾਂ ਅਫਸਰਾਂ ਦੇ ਖਿਲਾਫ਼, ਉਹਨਾਂ ਲੀਡਰਾਂ ਦੇ ਖਿਲਾਫ਼, ਉਹਨਾਂ ਗੈਂਗਸਟਰਾਂ ਦੇ ਖਿਲਾਫ਼ ਅਸੀਂ ਲਿਖਦੇ ਰਹਾਂਗੇ, ਉਹ ਲਿਖਦੇ ਵੀ ਹਾਂ। ਤਾਂ ਇਸ ਨੂੰ ਲੈ ਕੇ ਜੇਕਰ ਸਾਨੂੰ ਇਸ ਤੋਂ ਵੱਡਾ ਹੋਰ ਵੀ ਕੋਈ ਸੰਘਰਸ਼ ਵਿੱਢਣਾ ਪਿਆ ਤਾਂ ਅਸੀਂ ਸਾਰੀ ਕਲੱਬ ਸਿੱਧੂ ਸਾਹਿਬ ਦੇ ਨਾਲ ਜ਼ਰੂਰ ਖੜੇ ਹਾਂ। ਜਿਹੜਾ ਗੁੰਡਾ ਆਪ ਨੂੰ ਆਪ ਬਹੁਤ ਸਾਲਾਂ ਤੋਂ ਲੋਕਾਂ ਨੂੰ ਲੁੱਟਦਾ ਤੇ ਲੋਕਾਂ ਨੂੰ ਡਰਾਉਂਦਾ ਤੇ ਧਮਕਾਉਂਦਾ ਰਿਹਾ, ਕੋਈ ਲੱਖਾ ਜਿਹਨੂੰ ਸੁਧਾਣਾ ਸੁਧੂਣਾ ਕਹਿੰਦੇ ਆ, ਅਸੀਂ ਬਹੁਤ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ। ਸਾਡੇ ਜੈਤੋ ਸ਼ਹਿਰ ਦਾ ਸਾਡਾ ਵੱਡਾ ਵੀਰ ਮਨਿੰਦਰਜੀਤ ਸਿੱਧੂ, ਜਿਹਦਾ ਚੈਨਲ ਆ ਲੋਕ ਆਵਾਜ਼ ਟੀਵੀ, ਤੇ ਹੁਣ ਇੱਕ ਪੱਤਰਕਾਰ ਦੇ ਹੱਥ ਸੁਨੇਹਾ ਭੇਜਿਆ, ਕਹਿੰਦਾ ਮੈਂ ਮਨਿੰਦਰਪਾਲ ਨੂੰ ਟੱਕਰੂੰਗਾ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੇ ਹਾਂ ਇੱਥੋਂ ਦੇ ਲੱਖੇ ਨੂੰ, ਜਿਹੜਾ ਕੌਥੀ ਹੁਣ ਕੋਈ ਸਮਾਜ ਸੇਵੀ ਬਣਿਆ ਫਿਰਦਾ ਉਹ ਝਾਤ ਮਾਰੇ ਆਪਦੇ ਬੈਕਗ੍ਰਾਊਂਡ ਤੇ। ਤੁਸੀਂ ਸਾਰੇ ਜਾਣਦੇ ਹੋ ਵੀ ਉਹਦੇ ਕੋਲੇ ਪਹਿਲਾਂ ਕੀ ਸੀ ਤੇ ਅੱਜ ਪ੍ਰਾਪਰਟੀ ਕੀ ਹੈ। ਇਸ ਕਰਕੇ ਇਹ ਧਮਕੀਆਂ ਧਮਕੀਆਂ ਆਪਦੇ ਘਰ ਤੱਕ ਸੀਮਿਤ ਰੱਖ। ਜੇ ਸਾਡੇ ਕਿਸੇ ਪੱਤਰਕਾਰ ਭਰਾ ਨੂੰ ਇਸ ਤਰ੍ਹਾਂ ਦੀ ਤੇਰੀ ਧਮਕੀ ਆਈ ਆ ਤੇ ਜਾਂ ਦੇਗਾ ਤੇ ਇਹਦਾ ਹਸ਼ਰਾ ਜਿਹੜਾ, ਇਹਦਾ ਨਕਸ਼ਾ ਜਿਹੜਾ ਉਹ ਬਹੁਤ ਭੈੜਾ ਤੇ ਅੰਜਾਮ ਲੈ ਕੇ ਆਊਗਾ। ਭਰਾਵੋ ਅੱਜ ਸਿਰਫ ਤੁਹਾਡੇ ਤੱਕ ਸੁਨੇਹਾ ਲੈ ਕੇ ਆਏ ਹਾਂ। ਜੇ ਪੱਤਰਕਾਰ ਭਰਾ ਆਪਣੀ ਕਮੇਟੀ ਵੱਲੋਂ ਸਾਨੂੰ ਮਜ਼ਦੂਰਾਂ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਕੋਈ ਫੈਸਲਾ ਦਿੰਦੀ ਹੈ ਤਾਂ ਫਿਰ ਲੱਖੇ ਅਰਗੇ ਦੀ ਧੌਣ 'ਤੇ ਗੋਡਾ ਰੱਖਣਾ ਆਪਾਂ ਰਲ ਮਿਲ ਕੇ। ਇਸ ਕਰਕੇ ਜਦੋਂ ਵੀ ਤੁਹਾਡਾ ਕੋਈ ਹੁਕਮ ਆਊਗਾ, ਕੋਈ ਮੀਟਿੰਗ ਦਾ ਫੈਸਲਾ ਆਊਗਾ, ਅਸੀਂ ਪੱਤਰਕਾਰ ਭਰਾਵਾਂ ਨਾਲ ਖੜੇ ਹਾਂ। ਇਸ ਕਰਕੇ ਇਹੋ ਜਿਹੀ ਗੁੰਡਾਗਰਦੀ ਨਹੀਂ ਚੱਲੇਗੀ, ਨਾ ਚੱਲਣ ਦੇਵਾਂਗੇ। ਅਸੀਂ ਮਜ਼ਦੂਰ ਜਥੇਬੰਦੀਆਂ ਵੱਲੋਂ ਇਹਦੀ ਬਹੁਤ ਸਾਫ਼ ਸਖ਼ਤ ਨਿਖੇਧੀ ਕਰਦੇ ਹਾਂ। ਮੈਂ ਇੰਨਾ ਕਹਿੰਦਾ ਹੋਇਆ
ਆਪਣੀ ਥਾਂ ਲਊਂਗਾ ਅਤੇ ਨਾਰਾ ਲਵਾਊਂਗਾ ਉਸ ਗੁੰਡੇ ਦੇ ਖਿਲਾਫ। ਸਾਡੇ ਲੋਕਾਂ ਦਾ ਏਕਾ ਜਿੰਦਾਬਾਦ, ਲੱਖਾਂ ਸਧਾਣਾ ਗੁੰਡਾ ਮੁਰਦਾਬਾਦ, ਲੱਖਾਂ ਸਧਾਣਾ ਗੁੰਡਾ ਮੁਰਦਾਬਾਦ, ਗੁੰਡਾ ਕਰਦੀ ਚੱਕ ਦਿਆਂਗੇ, ਗੁੰਡਾ ਕਰਦੀ ਚੱਕ ਦਿਆਂਗੇ। ਧੰਨਵਾਦ ਜੀ। ਸਤਿਕਾਰਯੋਗ ਸਾਡੇ ਪੱਤਰਕਾਰ ਵੀਰ ਸਾਥੀਓ, ਜੋ ਸਾਡੇ ਸਾਥੀਆਂ ਨੇ ਪਹਿਲਾਂ ਦੱਸਿਆ, ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਬੇਨਤੀ ਕਰਨ ਆਏ ਹਾਂ, ਭਰਾਵੋ ਇੱਥੇ ਕੋਈ ਵੀ ਵਰਗ ਹੋਵੇ ਆਪਣਾ, ਜਿਹੜਾ ਇਹ ਲੱਖੇ ਸਧਾਣੇ ਦੀ ਗੱਲ ਹੈ ਤੁਸੀਂ ਸੁਣੀ ਹੈ, ਜੋ ਸਾਡੇ ਮਨਿੰਦਰਜੀਤ ਸਿੱਧੂ ਪੱਤਰਕਾਰ ਆ ਭਰਾਵੋ, ਉਹਨੂੰ ਧਮਕੀ ਦਿੱਤੀ ਹੈ। ਇਹ ਭਰਾਵੋ ਜਿਹੜਾ ਸਾਡਾ ਮੀਡੀਆ, ਸਾਡਾ ਲੋਕਤੰਤਰ ਦਾ ਚੌਥਾ ਥੰਮ ਹੈ, ਜੇ ਭਰਾਵੋ ਸਾਡੀ ਪੱਤਰਕਾਰੀ ਆ ਜਿਹੜੀ ਨਿਰਪੱਖ ਪੱਤਰਕਾਰ ਆ ਸਾਡੇ, ਜਿਹੜੀ ਤੁਹਾਡੀ ਗੱਲ ਲਿਆ ਕੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਤੁਹਾਨੂੰ ਕਿਸੇ ਕੰਮ ਦੀ ਕੋਈ ਸਮੱਸਿਆ ਆਉਂਦੀ ਹੈ, ਭਲਾ ਰਾਤ ਨੂੰ ਇਹ ਭਲਾ ਦਿਨੇ ਹੈ ਅਤੇ ਭਰਾਵੋ ਤੁਹਾਡੀ ਆਵਾਜ਼ ਚੱਕਦੇ ਹੈ, ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਡੀ ਆਵਾਜ਼ ਆਉਂਦੀ ਹੈ, ਜੇ ਅੱਜ ਤੁਹਾਡੀ ਸੁਣ ਸੁਣਵਾਈ ਇੱਥੇ ਲੋਕਾਂ ਦੀ, ਆਹ ਭਰਾਵੋ ਜਿਹੜੇ ਥੱਲੇ ਵਾਲੇ ਤਬਕੇ ਹੈ, ਆਹ ਪੱਤਰਕਾਰਾਂ ਦੀ ਬਦੌਲਤ ਆ ਮਨਿੰਦਰਜੀਤ ਵਰਗਿਆਂ ਦੀ, ਭਰਾਵੋ ਇਹਨਾਂ 'ਤੇ ਰੰਜਿਸ਼ ਕੀ ਹੈ ਇਹ ਵੇਖਦੇ ਨਹੀਂ ਭਰਾਵੋ, ਜਿਹੜੀ ਤੁਹਾਡੀ ਗੱਲ ਹੈ ਸੱਚੀ 100% ਲੋਕਾਂ ਦੇ ਵਿੱਚ ਜਾਂਦੀ ਹੈ, ਅਤੇ ਜਿਹੜੀ ਇਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਧਮਕੀਆਂ, ਇਹ ਭਰਾਵੋ ਸ਼ਰੇਆਮ ਇਹ ਲੋਕਤੰਤਰ ਦਾ ਗਲਾ ਘੁੱਟਣਾ ਹੈ। ਜੇ ਸਾਡੇ ਲੋਕਤੰਤਰ ਦਾ ਗਲਾ ਘੁੱਟਣ ਦੇ ਜੇ ਕੋਈ ਇਹੋ ਜਿਹੀ ਆਫਤ ਆਊਗੀ ਸਾਡੇ ਪੱਤਰਕਾਰਾਂ ਵੀਰਾਂ 'ਤੇ, ਅਤੇ ਭਰਾਵੋ ਭਾਰਤੀ ਕਿਸਾਨ ਜੁੜੀ ਏਕਤਾ ਗ੍ਰਾਹਾ, ਕੋਈ ਵੀ ਸਾਡਾ ਪੱਤਰਕਾਰ ਵੀਰ ਹੋਵੇ, ਸਾਡਾ ਬੁੱਧੀਜੀਵੀ ਹੋਵੇ, ਸਾਡਾ ਲੇਖਕ ਹੋਵੇ, ਸਾਡੇ ਲੋਕ ਹੋਣ ਆਮ ਮਜ਼ਦੂਰ ਹੋਵੇ, ਕਿਸਾਨ ਹੋਵੇ, ਸਾਡਾ ਕੋਈ ਸ਼ਹਿਰੀ ਵੀਰ ਹੋਵੇ, ਦੁਕਾਨਦਾਰ ਹੋਵੇ, ਭਲਾ ਰਕਸ਼ੇ ਰੇਹੜੀ ਵਾਲਾ ਹੋਵੇ, ਜਿੱਥੇ ਵੀ ਕਿਸੇ ਤਰ੍ਹਾਂ ਦਾ ਭਰਾਵੋ ਧੱਕਾ ਹੋਊਗਾ, ਧੱਕਾ ਦੇ ਖਿਲਾਫ਼ ਬੋਲਾਂਗੇ। ਉਹ ਭਰਾਵੋ ਸਾਡੀ ਜਨਤਾ ਨੂੰ ਦੱਸਣਾ ਚਾਹੁੰਦੇ ਹਾਂ, ਆਹ ਦੇਖੋ ਲੱਖਾਂ ਸਧਾਣਾ ਜਿਹੜਾ ਪਿੱਛੇ ਐਮ ਪੀ ਦੀਆਂ ਵੋਟਾਂ ਦੇ ਵਿੱਚ ਖੜਾ ਹੋਇਆ, ਤੁਹਾਨੂੰ ਕਹਿੰਦੇ ਆ ਆਪਣੀ ਵੋਟ ਦੇਵੋ, ਅਸੀਂ ਪਾਰਲੀਮੈਂਟ 'ਤੇ ਜਾ ਕੇ ਤੁਹਾਡੀ ਆਵਾਜ਼ ਉਠਾਵਾਂਗੇ। ਇਹ ਭਰਾਵੋ ਇਸ ਤਰੀਕੇ ਦੀਆਂ ਆਵਾਜ਼ਾਂ ਉਠਾਉਣਗੇ, ਜਿਹੜੇ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਸਾਡੇ ਪੱਤਰਕਾਰ ਵੀਰ ਆ, ਉਹਨਾਂ ਨੂੰ ਇਸ ਤਰ੍ਹਾਂ ਧਮਕੀਆਂ ਦਿੱਤੀਆਂ ਜਾਂਦੀਆਂ, ਉਹਨਾਂ ਦੇ ਟਵਿੱਟਰ ਬੰਦ ਕੀਤੇ ਜਾਂਦੇ ਆ। ਇਹ ਭਰਾਵੋ ਇਸ ਤਰ੍ਹਾਂ ਨਹੀਂ ਚੱਲਣ ਦੇਵਾਂਗੇ। ਇਹ ਦਿੱਲੀ ਦੇ ਵਿੱਚ ਹੋਇਆ ਅੰਦੋਲਨ ਵੇਲੇ ਜਿਹੜਾ ਉੱਥੋਂ ਦਾ ਗੋਦੀ ਮੀਡੀਆ ਸੀ ਮੋਦੀ ਦਾ, ਉਹਨੇ ਵੀ ਇਸ ਤਰ੍ਹਾਂ ਦੇਖਿਆ ਸੀ ਵੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕਦਾ। ਭਰਾਵੋ ਜਦੋਂ ਇਹ ਲੋਕ ਜਾਗਰੂਕ ਹੋਣ, ਜਦੋਂ ਇਹ ਜਾਗਦੇ ਆ, ਇਹ ਕਿਸੇ ਲੱਖੇ ਸਧਾਣੇ ਨਹੀਂ ਚੱਲਣ ਨਹੀਂ ਦਿੰਦੇ। ਅੱਜ ਭਰਾਵੋ ਇਹਨਾਂ ਨੂੰ ਵੋਟਾਂ ਪਾ ਕੇ ਤੁਸੀਂ ਸੰਸਦ 'ਚ ਭੇਜ ਦਿਓ, ਫਿਰ ਕੱਲ੍ਹ ਨੂੰ ਝਾਗ ਨਾ ਕਰਿਓ, ਇਹ ਸ਼ਹਿਰਾਂ ਦੇ ਵਿੱਚ ਤੁਸੀਂ ਸਮੇਂ ਸਿਰ ਦੁਕਾਨਾਂ ਖੋਲ੍ਹ ਲਓਗੇ, ਚਾਹੇ ਰਾਤ ਬਰਾਤੇ ਇੱਥੇ ਸ਼ਹਿਰਾਂ ਦੇ ਵਿੱਚ ਵੀ ਸੇਫ ਰਹਿ ਜਾਓਗੇ। ਇਸ ਤਰ੍ਹਾਂ ਭਰਾਵੋ ਲੋਕਾਂ ਨੂੰ ਇਕੱਠੇ ਹੋ ਕੇ ਇਹੋ ਜਿਹੇ ਗਲਤ ਅੰਸਰਾਂ ਨੂੰ ਨੱਥ ਪਾਉਣੀ ਪਊਗੀ। ਇਹੋ ਜਿਹਾ ਭਰਾਵੋ ਕਿਤੇ ਵੀ ਹੋਊਗਾ ਜਿੱਥੇ ਲੋਕਾਂ ਦੇ ਮਸਲੇ ਆ, ਜਿੱਥੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾਊਗਾ, ਉੱਥੇ ਭਰਾਵੋ ਸਦਾ ਡਟ ਕੇ ਖੜੇ ਆ, ਅਤੇ ਡਟ ਕੇ ਖੜਾਂਗੇ ਸਾਡੇ ਪੱਤਰਕਾਰ ਵੀਰਾਂ ਦੇ ਨਾਲ ਆ, ਕਿਸੇ ਤਰ੍ਹਾਂ ਦਾ ਵੀ ਐਕਸ਼ਨ ਦੇਣਗੇ। ਭਾਰਤੀ ਕਿਸਾਨ ਜੁਣੀ ਏਕਤਾ ਅਗਰਾਹਾਂ ਭਰਾਵੋ ਅੱਗੇ ਲੱਗ ਕੇ ਸਾਡੇ ਪੱਤਰਕਾਰ ਵੀਰ ਜੋ ਵੀ ਸਾਨੂੰ ਹੁਕਮ ਲਾਉਣਗੇ ਉਹਦੇ ਉੱਤੇ ਪਹਿਰਾ ਦੇਵਾਂਗੇ। ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਭਰਾਵੋ ਕਰਾਂਗੇ ਲੋਕਾਂ ਦੀ ਖਾਤਰ, ਪਰ ਲੋਕਾਂ ਦੀ ਆਵਾਜ਼ ਨਹੀਂ ਦੱਬਣ ਦਿਆਂਗੇ, ਨਾ ਸਾਡੇ ਪੱਤਰਕਾਰ ਵੀਰਾਂ 'ਤੇ
ਅਸੀਂ ਧੱਕਾ ਹੋਣ ਦਿਆਂਗੇ, ਨਾ ਸਾਡੇ ਲੋਕਾਂ ਦੇ ਧੱਕਾ ਹੋਣ ਦਿਆਂਗੇ, ਕਿਸੇ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਹੋਣਾ। ਇੰਨੇ ਸ਼ਬਦਾਂ ਦੇ ਵਿੱਚ ਮੈਂ ਸਾਰੇ ਸਾਡੇ ਸ਼ਹਿਰੀ ਵੀਰਾਂ ਨੂੰ ਬੇਨਤੀ ਕਰਦਾ, ਭਰਾਵੋ ਸਾਥ ਦਿਆ ਕਰੋ, ਇੱਕ ਦੀ ਲੋੜ ਹੈ, ਇੱਕ ਹੋਣਾ ਪੈਂਦਾ ਸਾਨੂੰ, ਕਿਸੇ ਜਾਤ ਪਾਤ ਦਾ ਕੋਈ ਮਸਲਾ ਨਹੀਂ ਸਾਨੂੰ, ਭਰਾਵੋ ਕਿਸੇ ਧਰਮ ਦਾ ਮਸਲਾ ਨਹੀਂ ਸਾਨੂੰ, ਮਸਲਾ ਸਾਡਾ ਜਿਹੜੇ ਇਹੋ ਜਿਹੇ ਲੋਕ ਗਲਤ ਅੰਸਰ ਆ ਸਾਡੇ ਫਾਇਦਾ ਉਠਾਉਂਦੇ ਆ। ਤੁਸੀਂ ਦੇਖਿਆ ਇਹਨਾਂ ਨੂੰ ਲੱਗਦਾ ਪਿੰਡਾਂ ਦੇ ਪਿੰਡ ਆ ਵੀ ਅਸੀਂ ਲੋਕਾਂ ਨੂੰ ਦਬਾ ਕੇ ਆਪਣੀ ਆਵਾਜ਼ ਚਲਾ ਲਾਂਗੇ, ਭਰਾਵੋ ਇਸ ਤਰ੍ਹਾਂ ਬਰਦਾਸ਼ਤ ਨਹੀਂ ਕਰਨਗੇ ਇੱਥੋਂ ਦੇ ਲੋਕ। ਧੰਨਵਾਦ ਸਾਡੇ ਸਾਰੇ ਪੱਤਰਕਾਰ ਵੀਰਾਂ ਦਾ ਅਤੇ ਸਾਡੇ ਸ਼ਹਿਰੀ ਵੀਰਾਂ ਦਾ, ਭਰਾਵੋ ਵੱਧ ਤੋਂ ਵੱਧ ਸਾਥ ਦਿਓ ਸਾਡੇ ਪੱਤਰਕਾਰ ਵੀਰਾਂ ਦਾ, ਕਿਉਂ ਰਾਤ ਬਰਾਤੇ ਜਦੋਂ ਵੀ ਸਾਨੂੰ ਲੋੜ ਪੈਂਦੀ ਅਸੀਂ ਇਹਨਾਂ ਨੂੰ ਫੋਨ ਮਾਰਦੇ ਹਾਂ, ਤਾਂ ਭਰਾਵੋ ਤੁਹਾਡੀ ਦੱਬੀ ਖੁੱਚੀ ਆਵਾਜ਼ ਇੱਥੇ ਜਨਤਾ ਦੇ ਵਿੱਚ ਜਾਂਦੀ ਹੈ। ਇਸ ਕਰਕੇ ਅਸੀਂ ਸਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹ ਪੱਤਰਕਾਰ ਵੀਰਾਂ ਦੇ ਨਾਲ ਹੈ। ਧੰਨਵਾਦ ਸਾਥੀਓ, ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਉਹਨਾਂ 'ਤੇ ਧਮਕੀ ਦਿੱਤੀ ਹੈ ਲੱਖਾਂ ਸਧਾਣਾ ਨੇ, ਕੱਲ੍ਹ ਨੂੰ ਇਹ ਧਮਕੀ ਹੋਰ ਵੀ ਕਿਸੇ ਨੂੰ ਮਿਲ ਸਕਦੀ ਹੈ। ਅੱਜ ਤੁਸੀਂ ਉਹਦੇ ਨਾਲ ਖੜੋਗੇ ਤਾਂ ਸਾਰੇ ਪੱਤਰਕਾਰ ਤੁਹਾਡੀ ਖਬਰ ਲਾਉਂਦੇ ਹੈ, ਉਹ ਤੁਹਾਡੀ ਸੱਚ ਦੀ ਆਵਾਜ਼ ਜਗ੍ਹਾ ਜਗ੍ਹਾ ਪਹੁੰਚਾਉਂਦੇ ਹੈ। 5-7 ਚੈਨਲ ਹੈ ਜੋ ਸੱਚ ਬੋਲਦੇ ਹੈ, ਸੱਚ ਬੋਲ ਕੇ ਹਰ ਜਗ੍ਹਾ ਤੁਹਾਡੀ ਆਵਾਜ਼ ਪਹੁੰਚਾਉਂਦੇ ਹੈ, ਚਾਹੇ ਉਹ ਕਿਸੇ ਕਿਸਾਨ ਯੂਨੀਅਨ ਦਾ ਕੰਮ ਹੋਵੇ ਚਾਹੇ ਸੰਯੁਕਤ ਮੋਰਚੇ ਦਾ ਕੰਮ ਹੋਵੇ, ਉਹ ਹਮੇਸ਼ਾ ਉੱਥੇ ਖੜ੍ਹੇ ਹੁੰਦੇ ਆ, ਜਦੋਂ ਮਰਜ਼ੀ ਉਹਨਾਂ ਨੂੰ ਆਵਾਜ਼ ਮਾਰਦੇ ਹੈ ਉਹ ਆ ਕੇ ਉੱਥੇ ਸਾਡੀ ਆਵਾਜ਼ ਪਹੁੰਚਾਉਂਦੇ ਹੈ। ਤੁਸੀਂ ਵੱਧ ਤੋਂ ਵੱਧ ਇਹਨਾਂ ਪੱਤਰਕਾਰਾਂ ਦੇ ਨਾਲ ਖੜੋ। ਮੈਂ ਭਾਰਤੀ ਕਿਸਾਨ ਯੂਨੀਅਨ ਦਾ ਟਿਕਾਉਂਦਾ ਦੇ ਵੱਲੋਂ ਜਿਲ੍ਹਾ ਜਨਰਲ ਸਕੱਤਰ ਸੁਖਦੇਵ ਸਿੰਘ ਫੌਜੀ ਬੇਨਤੀ ਕਰਦਾ ਕਿ ਸਾਰੇ ਇਹਨਾਂ ਦੇ ਨਾਲ ਖੜੋ। ਅੱਜ ਪੱਤਰਕਾਰਾਂ ਦੇ ਨਾਲ ਆਪਾਂ ਖੜਾਂਗੇ, ਕੱਲ੍ਹ ਨੂੰ ਪੱਤਰਕਾਰ ਆਪਣੇ ਨਾਲ ਜਾਂ ਜਥੇਬੰਦੀਆਂ ਤੁਹਾਡੇ ਨਾਲ ਖੜਨਗੀਆਂ, ਅੱਗੇ ਵੀ ਤੁਹਾਡੇ ਨਾਲ ਖੜਦੀਆਂ। ਕਿਤੇ ਵੀ ਕੋਈ ਦੁਕਾਨਦਾਰ ਜਾਂ ਕਿਸੇ 'ਤੇ ਭੀੜ ਪੈਂਦੀ ਹੈ ਤਾਂ ਹਮੇਸ਼ਾ ਸੱਚ ਦੇ ਨਾਲ ਅਸੀਂ ਖੜਦੇ ਹਾਂ, ਪੱਤਰਕਾਰ ਸੱਚ ਦੇ ਨਾਲ ਖੜਦੇ ਹੈ। ਸੋ ਟਾਈਮ ਘੱਟ ਹੈ, ਗਰਮੀ ਬਹੁਤ ਹੈ, ਇੰਨਾ ਕਹਿੰਦਾ ਕਿਵੇਂ ਦਾ ਆਪਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਆਪਣਾ ਅੰਦੋਲਨ ਚੱਲਿਆ ਸੀ ਪਹਿਲਾਂ ਵਾਲਾ, ਉਦੋਂ ਇਸ ਲੱਖੇ ਸਧਾਣੇ ਨੂੰ ਆਪਾਂ ਸਟੇਜਾਂ ਦੇ ਉੱਤੋਂ ਬੁਲਾਉਂਦੇ ਹੁੰਦੇ ਸੀ ਤੇ ਇਹੀ ਮਨਿੰਦਰਜੀਤ ਸਿੱਧੂ ਵਰਗੇ ਲਾਈਟਾਂ ਪਾਉਂਦੇ ਹੁੰਦੇ ਸੀ ਇਹਦੀਆਂ, ਤੇ ਇਸ ਸੱਪ ਨੇ ਕੀ ਕਰ ਵਿਖਾਇਆ ਕਿ ਪਤਾ ਸੀ ਕਿ ਅੱਜ ਲੋਕਾਂ ਦੇ ਵਿੱਚ ਆਪਦਾ ਨਾਂ ਬਣਾ ਕੇ ਪਿਛਲੀ ਜਿਹੜੀ ਕੈਂਸਟਰੀ ਆ ਉਹ ਫਿਰ ਪੈਦਾ ਕਰੂਗਾ। ਇਹਨੂੰ ਭੁਲੇਖਾ ਸੀ ਕਿ ਮੈਂ ਲੋਕਾਂ ਦੇ ਵਿੱਚ ਵੜ ਕੇ, ਲੋਕਾਂ ਦੇ ਨਾਲ ਜੁੜ ਕੇ ਬਾਦਸ਼ਾਹ ਦਾ MLA ਬਣ ਜੂਗਾ, ਪਰ ਉੱਥੋਂ ਮੂੰਹ ਨਿਸ਼ਾਨੀ ਪਈ ਹਾਰ ਗਿਆ। ਫਿਰ ਇਹਨੇ ਸੋਚਿਆ ਕਿ ਮੈਂ MP ਬਣ ਜੂਗਾ, ਕਿਉਂਕਿ ਇਹਦੇ ਮਨ ਦੇ ਵਿੱਚ ਭੁਲੇਖਾ ਬਹੁਤ ਵੱਡਾ ਸੀ ਤੇ ਮੈਂ ਹੁਣ ਸਮਾਜ ਸੇਵੀ ਬਣ ਗਿਆ, ਲੋਕਾਂ ਨੂੰ ਬੁੱਧੂ ਬਣਾਉਣ ਜੋਗਾ ਬਣ ਗਿਆ। ਪਰ ਜਿਹੜੇ ਸਾਡੇ ਲੋਕ ਹੈ, ਸਾਡੇ ਲੋਕ ਅੱਤ ਦੇ ਸਿਆਣੇ ਹੈ, ਇਹ ਸਮਝ ਲੈਂਦੇ ਆ ਕਿ ਇਹ ਸ਼ਖਸ ਹੁਣ ਕੀ ਕਰਨ ਵਾਲਾ। ਸਾਰੇ ਲੋਕਾਂ ਨੂੰ ਪਤਾ ਸੀ ਕਿ ਇਹਨੇ ਵੋਟਾਂ ਦੇ ਵਿੱਚ ਚੰਗੇ ਰੁਪਈਏ ਲੈ ਕੇ ਤੇ ਦੂਜੇ ਪਾਸੇ ਵੋਟਾਂ ਸਟਾਉਣੀਆਂ, ਤਾਂ ਉਹੀ ਇਹਨੇ ਕੀਤਾ, ਕਰ ਵਿਖਾਇਆ। ਪਰ ਤੁਸੀਂ ਯਾਦ ਰੱਖਿਓ ਲੋਕੋ ਕਿ ਜੇਕਰ ਇਹਦੇ ਵਿਰੁੱਧ ਇਕੱਠੇ ਨਾ ਹੋਏ ਤਾਂ ਇਹਨੇ ਪਿਛਲੀ ਜਿਹੜੀ ਗੈਂਗਸਟਰੀ ਹੈ ਲੋਕਾਂ ਤੋਂ ਕਹਿ ਕੇ ਚੇਲੇ ਬਾਲਿਆਂ ਨੂੰ
ਲੋਕਾਂ ਨੂੰ ਧਮਕੀਆਂ ਦਵਾ ਕੇ ਮੋਟੀਆਂ ਫਰੌਤੀਆਂ ਦਿੰਦਾ ਹੁੰਦਾ ਸੀ, ਹੁਣ ਇਹਨੇ ਉਸੇ 'ਤੇ ਫਿਰ ਉਤਰਿਆ ਨਾ। ਜੇਕਰ ਤੁਸੀਂ ਐਂ ਇਕੱਠੇ ਹੋ ਕੇ ਸੱਚ ਦੀ ਆਵਾਜ਼ ਉਠਾਤੀ ਪੱਤਰਕਾਰ ਵੀਰੋ, ਤਾਂ ਲੋਕਾਂ ਤੁਸੀਂ ਸਾਥ ਦਿੱਤਾ, ਤਾਂ ਜੇ ਲੋਕਾਂ ਨੂੰ ਆਪਾਂ ਘਰਾਂ ਦੇ ਵਿੱਚ ਬੈਠਣ ਲਈ ਮਜਬੂਰ ਕਰ ਦਿਆਂਗੇ। ਇਹ ਕੋਈ ਅੱਜ ਪਹਿਲੀ ਗੱਲ ਨਹੀਂ ਹੈ। ਹੁਣ ਆ ਪਿਛਲੇ ਦਿਨੀ ਸ਼ੰਭੂ ਬਾਰਡਰ ਦੇ ਉੱਤੇ ਭਾਜਪਾ ਦੇ ਗੁੰਡਿਆਂ ਨੇ ਸਟੇਜ 'ਤੇ ਆ ਕੇ ਹਮਲਾ ਕੀਤਾ, ਤਾਂ ਉੱਥੇ ਵੀ ਸਾਡੇ ਪੱਤਰਕਾਰ ਭਾਈਚਾਰੇ ਨੇ ਸਾਡੀਆਂ ਵਾਈਟਾਂ ਲਈਆਂ। ਅਸੀਂ ਅੱਤ ਦਾ ਮਾੜਾ ਮੋਦੀ ਨੂੰ ਬੋਲੇ, ਅੱਤ ਦਾ ਮਾੜਾ ਇੱਥੋਂ ਦਾ ਭਗਵੰਤ ਮਾਨ ਨੂੰ ਬੋਲੇ, ਤਾਂ ਫਿਰ ਤਾਂ ਉਹ ਸਾਡੇ ਪੱਤਰਕਾਰਾਂ ਦੇ ਭਾਈਚਾਰੇ ਦੇ ਮੂੰਹ ਹੀ ਬੰਦ ਕਰਾ ਦਿੰਦਾ। ਇਹ ਪ੍ਰੋਬਲਮ ਆਏ ਨਹੀਂ ਜਿੱਥੇ ਪੱਤਰਕਾਰ ਭਾਈਚਾਰਾ ਚੌਥਾ ਥੰਮ ਗਿਆ ਜਾਂਦਾ ਹੈ ਸੰਸਾਰ ਦਾ, ਜਿਹੜਾ ਸੰਸਾਰ ਪੱਧਰ 'ਤੇ ਇਲਾਜ ਪਹੁੰਚਾਉਂਦਾ। ਤਾਂ ਜੇਕਰ ਇਸੇ 'ਤੇ ਇਸੇ ਤਰ੍ਹਾਂ ਹਮਲੇ ਹੁੰਦੇ ਰਹੇ ਤਾਂ ਫਿਰ ਭਰਾਵੋ ਉਹ ਦਿਨ ਦੂਰ ਨਹੀਂ। ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇੱਕ ਸਮਾਜ ਸੇਵੀ ਤੋਂ ਲੀਡਰ ਬਣਿਆ ਲੱਖਾਂ ਸਧਾਰਾ, ਜੇ ਕਿਸੇ ਨੂੰ ਕੋਈ ਆਪਾਂ ਸਮਾਜ ਦੇ ਵਿੱਚ ਵਿਚਰਨਾ ਅਤੇ ਲੀਡਰੀ ਕਰਨੀ ਹੈ ਅਤੇ ਆਪਣਾ ਕਿਸੇ ਵੀ ਵਰਗ ਨੂੰ ਕੋਈ ਧਮਕੀ ਦੇਣ ਦਾ ਕੋਈ ਸ਼ੋਭਾ ਨਹੀਂ ਦਿੰਦਾ, ਕਿਉਂਕਿ ਤੁਸੀਂ ਸਮਾਜ ਦੇ ਇੱਕ ਨੁਮਾਇੰਦੇ ਬਣ ਚੁੱਕੇ ਹੋ। ਤੁਸੀਂ ਇਲੈਕਸ਼ਨ ਲੜਦੇ ਹੋ, ਪਹਿਲਾਂ ਤੁਸੀਂ ਰਾਮਪੁਰਾ ਫੂਲ ਤੋਂ ਇਲੈਕਸ਼ਨ ਲੜਿਆ ਅਤੇ ਫਿਰ ਤੁਸੀਂ ਬਿੰਡਾ ਲੋਕ ਸਭਾ ਤੋਂ ਇਲੈਕਸ਼ਨ ਲੜਦੇ ਹੋ, ਪਰ ਉੱਥੇ ਤੁਸੀਂ ਦੇਖ ਲਓ ਵੀ ਲੋਕ ਤੁਹਾਨੂੰ ਕਿੰਨਾ ਕੁ ਚੰਗਾ ਸਮਝਦੇ ਆ। ਪਹਿਲਾਂ ਬਠਿੰਡੇ ਦੇ ਵਿੱਚੋਂ ਤੁਹਾਡੀ ਜ਼ਮਾਨਤ ਜ਼ਬਤ ਹੋ ਚੁੱਕੀ ਹੈ, ਇਸੇ ਕਰਕੇ ਲੱਖਾਂ ਇਹ ਤੈਨੂੰ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਵੀ ਇੱਕ ਨਿਰਪੱਖ ਚੈਨਲ ਨੂੰ ਤੂੰ ਧਮਕੀ ਦੇਵੇਂ। ਧਮਕੀਆਂ ਦੇਣਾ ਤਾਂ ਇੱਕ ਗੁੰਡਿਆਂ ਦਾ ਅਤੇ ਗੈਂਗਰੇਸਟਾਂ ਦਾ ਕੰਮ ਹੁੰਦਾ, ਨਾ ਕਿ ਕਿਸੇ ਲੀਡਰਾਂ ਦਾ ਕੰਮ ਹੁੰਦਾ। ਆਮ ਹੀ ਲੀਡਰਾਂ ਨੂੰ ਆਪਾਂ ਸਵਾਲ ਜਵਾਬ ਕਰਦੇ ਹਾਂ, ਜੇ ਹੁਣ ਲੀਡਰ ਵੀ ਇਹਨਾਂ ਲੋਕਾਂ ਦੇ ਉੱਤੇ ਸਾਡੇ ਵਰਗੇ ਲੋਕਾਂ ਦੇ ਉੱਤੇ ਪਰਚਾ ਦਰਜ ਕਰਵਾਉਂਦੇ ਆ ਤਾਂ ਅੱਜ ਤੁਸੀਂ ਦੇਖ ਲਓ ਵੀ ਜੋ ਮੌਜੂਦਾ ਸਰਕਾਰ ਹੈ ਉਹਦਾ ਕੀ ਅਸਰ ਹੋਇਆ। ਮੈਂ ਕਹਿੰਦਾ ਲੱਖੇ, ਜੇ ਤੂੰ ਸਮਾਜ ਸੇਵੀ ਹੈ ਜਾਂ ਤੂੰ ਇੱਕ ਲੀਡਰ ਹੈ, ਇਹ ਤੇਰੇ ਵਾਸਤੇ ਬਹੁਤ ਹੀ ਮੰਦਭਾਗੀ ਗੱਲ ਹੈ ਜੇ ਉਹ ਜਿਹਾ ਤੂੰ ਵਰਤਾਰਾ ਕਰ ਰਿਹਾ। ਪਰ ਜੇ ਤੂੰ ਸਮਾਜ ਸੇਵੀ ਨਹੀਂ, ਲੀਡਰ ਨਹੀਂ, ਤਾਂ ਆਪਦੇ ਪਿਛੋਕੜ ਦੇ ਵਿੱਚ ਪਿੱਛੇ ਮੁੜ ਜਾ ਤੇ ਲੋਕਾਂ ਨੂੰ ਦੱਸ ਵੀ ਮੇਰਾ ਪਿਛੋਕੜ ਆਹ ਹੈ। ਇੰਨੀਆਂ ਗੱਲਾਂ ਕਹਿੰਦਾ ਹੋਇਆ ਕਾਲਾ ਸ਼ਰਮਾ ਕਿਵਾਂ ਦਾ ਜਾਜਕ ਹੈ। ਕਿਸਾਨ ਵੀਰ ਜਿੰਨੀਆਂ ਵੀ ਜਥੇਬੰਦੀਆਂ ਦੇ ਆਏ ਹੈ ਜਾਂ ਪ੍ਰੈਸ ਕਲੱਬ ਦੇ ਜਿੰਨੇ ਵੀ ਇੱਥੇ ਆਪਣੇ ਮੈਂਬਰ ਪਹੁੰਚੇ ਹੈ ਜਾਂ ਮੇਰੇ ਸ਼ਹਿਰ ਵਾਸੀ ਜਾਂ ਪਿੰਡਾਂ 'ਚੋਂ ਆਏ ਹੈ, ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹੈ ਕਿ ਅੱਜ ਜੋ ਪ੍ਰੈਸ ਨਾਲ ਮਨਿੰਦਰ ਜੀ ਨਾਲ ਜੋ ਧਮਕੀ ਦਿੱਤੀ ਹੈ ਲੱਖੇ ਸਧਾਣੇ ਨੇ, ਉਹਦੇ ਖਿਲਾਫ ਆ ਕੇ ਅੱਜ ਲੋਕਾਂ ਨੇ ਸਾਥ ਦਿੱਤਾ, ਅਤੇ ਨਾਲ ਹੀ ਦੂਜੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਵੱਧ ਤੋਂ ਵੱਧ ਸਾਥ ਦਿਓ, ਅਤੇ ਨਾਲ ਇਹ ਕਹਿਣਾ ਚਾਹੁੰਦਾ ਬਸ ਵੀ ਜਿਹੜਾ ਲੱਖਾਂ ਸਧਾਣਾ ਹੈ ਉਹ ਬਾਦਲਕਿਆਂ ਨੂੰ ਦੇ ਖਿਲਾਫ ਬੋਲ ਬੋਲ ਕੇ ਅੱਗੇ ਆਇਆ, ਤਾਂ ਪਰ ਇਹਨਾਂ ਨੂੰ ਲੱਖੇ ਸਧਾਣੇ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਬਾਦਲ ਪਰਿਵਾਰ ਕਹਿੰਦੇ ਜੁੱਤੀ ਮਾਰਦਾ ਕੋਈ ਉਹਨੂੰ ਗਾਲਾਂ ਕੱਢਦਾ, ਉਹਨਾਂ ਦੀ ਕਿੱਕਲੀ ਗਾਉਂਦਾ, ਉਹ ਤਾਂ ਕਿਸੇ ਨੂੰ ਧਮਕੀਆਂ ਨਹੀਂ ਦਿੰਦੇ, ਪਰ ਇਹ ਲੱਖਾਂ ਸਧਾਣਾ ਜਿਹੜਾ ਉਹਨਾਂ ਨੂੰ ਨਿੰਦ ਕੇ ਇਹਨਾਂ ਦੇ ਮੂਹਰੇ ਆਇਆ ਉਹ ਅੱਜ ਉਹ ਲੋਕਾਂ ਨੂੰ ਆ ਕੇ ਮਨਿੰਦਰ ਜੀ ਦਰਗਿਆਂ ਨੂੰ ਧਮਕੀਆਂ ਦਿੰਦਾ।
ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜੋ ਇਸ ਤੋਂ ਪਹਿਲਾਂ ਧਮਕੀਆਂ ਦਿੱਤੀਆਂ ਠੀਕ ਹੈ ਪ੍ਰੈਸ ਕਲੱਬ ਨੂੰ, ਜੇਕਰ ਇਸ ਤੋਂ ਬਾਅਦ ਵੀ ਧਮਕੀਆਂ ਦਿੱਤੀਆਂ ਤਾਂ ਕਿਸਾਨ ਯੂਨੀਅਨ ਲੋਕ ਸੰਘਰਸ਼ ਹਜੂਮ, ਅਸੀਂ ਮੈਂ ਸੂਬਾ ਪ੍ਰਧਾਨ ਗੁਰਜੀਤ ਸਿੰਘ ਜਿੱਤਗਿੱਲ ਵਾਅਦਾ ਕਰਦਾ ਵੀ ਪ੍ਰੈਸ ਕਲੱਬ ਨਾਲ ਪੂਰੀ ਹਮਾਇਤ ਨਾਲ ਖੜਾਂਗਾ। ਇੰਨਾ ਕਹਿੰਦਾ ਹੋਇਆ ਮੈਂ ਸਮਾਪਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।